ਇਸੇ ਅੰਬ ਸਾਹਿਬ ਗੁਰਦਾ ਵਿੱਚ ਆ ਕੇ ਜਦੋਂ ਭਾਈ ਗੁਰਬਖਸ਼ ਸਿੰਘ ਨੇ ਰੱਖਿਆ ਸੀਗਾ ਭੁੱਖ ਹੜਤਾਲ ਮਰਨ ਵਾਸਤੇ, ਕੋਲ ਬਹਿੰਦਾ ਰਿਹਾ ਆ ਕੇ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਜਾਇਜ਼ ਨੇ। ਬਾਪੂ ਸੂਰਤ ਸਿੰਘ ਦੇ ਕੋਲ ਜਾ ਕੇ ਬੈਠਾ ਰਿਹਾ ਵੀ ਤੇਰੀ ਮੰਗ ਜਾਇਜ਼ ਹੈ। ਉਹ ਜਾ ਰਹੇ ਉਹ ਕੋਠੀ 'ਚੋਂ ਨਿਕਲ ਨਹੀਂ ਰਿਹਾ, ਉਹ ਢੀਠਾਂ ਵਾਲੀ ਨੀਂਦ ਸੁੱਤਾ ਹੋਇਆ, ਉਹਨੂੰ ਕੁਛ ਨਹੀਂ ਦਿਸ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠ ਕੇ 7 ਜਨਵਰੀ ਤੋਂ ਮੋਰਚਾ ਲੱਗਾ ਹੋਇਆ। ਸਾਡੀ ਕੋਈ ਇੱਛਾ ਨਹੀਂ, ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਇਹਨਾਂ ਸੜਕਾਂ ਦੇ ਉੱਤੇ ਇੰਨੀ ਸਰਦੀ 'ਚ ਇੰਨੀ ਗਰਮੀ 'ਚ ਰੁਲਣ, ਅਤੇ ਸਾਡੀ ਕੋਈ ਇੱਛਾ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸੀਂ ਸੜਕ 'ਤੇ ਕਰੀਏ। ਹਜੇ ਤੱਕ ਭਾਰਤ ਵਿੱਚ ਰਹਿੰਦਾ ਇਹ ਨਹੀਂ ਸਮਝ ਲੱਗੀ, ਵੱਡੇ ਤੋਂ ਵੱਡੇ ਮੈਂ DGP ਨੂੰ ਪੰਜਾਬ ਦੇ ਨੂੰ, ਚੀਫ ਜਸਟਿਸ ਨੂੰ ਹਾਈ ਕੋਰਟ ਦੇ ਨੂੰ, ਹੋਮ ਸੈਕਟਰੀ ਨੂੰ, ਠੀਕ ਹੈ ਜੀ, ਭਾਰਤ ਦੇ ਜੁਆਇੰਟ ਸੈਕਟਰੀ ਨੂੰ ਮਿਲ ਚੁੱਕਾ। ਉਹ ਕਹਿੰਦੇ ਸਾਨੂੰ ਉੱਤੋਂ ਹੁਕਮ ਆ, ਸਾਨੂੰ ਉੱਤਲੇ ਹੁਕਮ ਦੀ ਨਹੀਂ ਸਮਝ ਲੱਗੀ ਵੀ ਕਿੱਥੋਂ ਆਉਂਦਾ, ਕਿਹੜਾ ਭੂਤ ਪ੍ਰੇਤ ਆ ਜਿਹੜਾ ਉੱਤੋਂ ਹੁਕਮ ਭੇਜਦਾ। ਜੋ ਪ੍ਰਸ਼ਾਸਨ ਹੈ, ਪੁਲਿਸ ਹੈ ਜਾਂ IAS IPS ਅਫਸਰ ਨੇ, ਇਹ ਕੜੀ ਨੇ। ਜਾਂ ਤਾਂ ਸਾਡਾ ਮੈਸੇਜ ਨਹੀਂ ਸਹੀ ਜਾ ਰਿਹਾ CM ਤੱਕ ਵੀ ਜਿਹਨਾਂ ਲੋਕਾਂ ਨੇ ਤੈਨੂੰ ਇਸ ਚੇਅਰ 'ਤੇ ਬਿਠਾਇਆ, ਉਹ ਕੁਰਸੀ ਜਿਹ 'ਚ ਪਤਾ ਨਹੀਂ ਕਿਹੜੀ ਭੂਤ ਪ੍ਰੇਤਾਂ ਦਾ ਵਾਸਾ ਹੈ, ਜਿੰਨਾ ਚਿਰ ਬੰਦਾ ਉਸ ਕੁਰਸੀ 'ਤੇ ਬਹਿੰਦਾ ਨਹੀਂ, ਉਹ ਬੰਦਾ ਲੋਕਾਂ ਦੇ ਵਿੱਚ ਆ ਬਹਿੰਦਾ ਅਤੇ ਲੋਕਾਂ ਦੀਆਂ ਗੱਲਾਂ ਸੁਣਦਾ ਅਤੇ ਲੋਕਾਂ ਦਾ ਹੁੰਦਾ। ਜਿਹੜਾ ਜਦੋਂ CM ਬਣ ਜਾਂਦਾ, CM ਬਣ ਤੋਂ ਪਹਿਲਾਂ ਉਹ ਕਹਿੰਦਾ ਸਿਕਿਉਰਟੀ ਦੀ ਕੀ ਲੋੜ ਆ, ਡਰ ਕਾਹਦਾ ਹੈ, ਤੁਸੀਂ ਜਦੋਂ ਲੋਕਾਂ ਦੇ ਬੰਦੇ ਹੈ। ਉਹ ਦੂਸ ਪਹਿਲਿਆਂ ਨੂੰ ਡਬਲ ਸਿਕਿਉਰਟੀ ਲੈ ਕੇ ਫਿਰਦਾ ਨਾ। ਜੇ ਸਮਾਂ ਦਿੰਦੇ ਅਸੀਂ ਪਾਗਲ ਨਹੀਂ, ਉਹ ਯੱਡ ਨਹੀਂ, ਮੂਰਖ ਨਹੀਂ, ਮੁਗਧ ਨਹੀਂ ਗਏ, ਅਸੀਂ ਇਸ ਸੜਕ 'ਤੇ ਬੈਠੇ। ਨਹੀਂ ਸਮਾਂ ਦੇਣ ਦਾ ਕਾਰਨ ਅਸੀਂ ਉਹਦੇ ਕੋਲ ਚੱਲੇ ਸੀ ਪ੍ਰਸ਼ਾਸਨ, ਇਹਨਾਂ ਨੇ ਤੁਸੀਂ ਇਹ ਕਹਿ ਲਓ ਵੀ ਧੋਖਾ ਕੀਤਾ, ਧੋਖੇ ਤੋਂ ਭਾਵ ਵੀ ਇਹਨਾਂ ਦੇ ਵੀ ਬਸ ਕੁਛ ਨਹੀਂ। ਬੰਨ ਕਿਹਨੇ ਤੋੜੇ ਨੇ, ਜਿਹੜਾ ਰੇਤ ਮਾਫੀਆ, ਪਹਿਲਾਂ ਉਹਨਾਂ ਨੇ ਤੁਸੀਆਂ ਤੋੜੀਆਂ, ਟਰੈਕਟਰ ਲਗਾਏ। ਮੈਂ ਆਪਣੇ ਤੁਹਾਡੇ ਕੋਲ ਸਬੂਤ ਲਈ ਖੜਾ, ਸ਼ਾਹਕੋਟ ਦੇ ਏਰੀਏ 'ਚ ਮੈਂ ਆਪਣੇ ਨੂੰ SDM ਨੂੰ ਫੋਨ ਕੀਤਾ, ਸਵਿੱਚ ਆਫ ਆ ਰਿਹਾ, ਉਹਦੇ ਰੀਡਰ ਨੂੰ ਕੀਤਾ ਫੋਨ ਸਵਿੱਚ ਆਫ ਆ ਰਿਹਾ। ਸਾਨੂੰ ਰੋਣ ਆਉਂਦਾ ਸੀ ਉਸ ਇਲਾਕੇ ਜਾ ਕੇ ਜਿੱਥੇ ਬੀਬੀਆਂ ਰਜਾਈਆਂ ਜਾਂ ਪੰਡਾ ਚੱਕ ਕੇ ਆਪਣੇ ਪਾਣੀ 'ਚੋਂ ਨਿਕਲੀਆਂ ਜਿਹਨਾਂ ਨੂੰ ਅਸੀਂ ਕੱਢਿਆ ਵਾ, ਉਹ ਉੱਥੋਂ ਉਦੋਂ ਨਹੀਂ CM ਨੂੰ ਦਿਸੀਆਂ, ਉਹ ਵੀਡੀਓ ਦਿਖਦੀਆਂ ਨਹੀਂ। ਇਹ ਕਿਹੜੇ ਉਦਘਾਟਨ ਕਰਨ ਆਉਂਦੇ ਨੇ, ਇਹਨਾਂ ਨੂੰ ਇਹ ਦਿਖਦਾ ਨਹੀਂ ਵੀ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ। ਅੱਜ ਕਿਹੜਾ ਬੱਚਾ ਸਾਨੂੰ ਹੱਥ ਖੜ੍ਹਾ ਕਰਕੇ ਦਿਖਾਓ, ਕਿਹੜਾ ਪਰਿਵਾਰ ਵਾ ਪੰਜਾਬ ਦਾ ਉਹ ਹੱਥ ਖੜ੍ਹਾ ਕਰਕੇ, ਕੋਈ ਅਫਸਰ ਹੱਥ ਖੜ੍ਹਾ ਕਰਕੇ ਦਿਖਾਵੇ ਜਿਹੜਾ ਰਹਿਣਾ ਚਾਹੁੰਦਾ ਇੱਥੇ। CM ਭਗਤ ਮਾਨ, ਭਗਵੰਤ ਸਿੰਘ ਮਾਨ, ਇਸੇ ਅੰਬ ਸਾਹਿਬ ਗੁਰਦਾ ਵਿੱਚ ਆ ਕੇ ਜਦੋਂ ਭਾਈ ਗੁਰਬਖਸ਼ ਸਿੰਘ ਨੇ ਰੱਖਿਆ ਸੀਗਾ ਭੁੱਖ ਹੜਤਾਲ ਮਰਨ ਵਾਸਤੇ, ਕੋਲ ਬਹਿੰਦਾ ਰਿਹਾ ਆ ਕੇ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਜਾਇਜ਼ ਨੇ। ਬਾਪੂ ਸੂਰਤ ਸਿੰਘ ਦੇ ਕੋਲ ਜਾ ਕੇ ਬੈਠਾ ਰਿਹਾ ਵੀ ਤੇਰੀ ਮੰਗ ਜਾਇਜ਼ ਹੈ। ਸਾਡੇ ਨਾਲ 2 ਵਾਰੀ ਮੰਤਰੀਆਂ ਦੀ ਮੀਟਿੰਗ ਹੋਈ ਹੈ, CM ਨਾਲ ਕਦੇ ਮੀਟਿੰਗ ਨਹੀਂ ਹੋਈ। ਉਹ ਪੱਲਾ ਝਾੜ ਦਿੰਦੇ ਬਾਅਦ 'ਚ ਵੀ CM ਨਹੀਂ ਮੰਨਿਆ, ਉਹ ਨਹੀਂ ਮੰਨਿਆ। ਅਸੀਂ ਉਦੋਂ ਦਾ 31 ਮੈਂਬਰੀ ਜਥਾ ਉੱਥੇ ਲਿਜਾਂਦੇ ਹਾਂ, ਇਹਦੀ ਕੋਠੀ ਵਾਲੇ ਰਸਤੇ ਰੋਕ ਲੈਂਦੇ ਆ। ਇਹ ਸਾਡੀ ਸ਼ਾਂਤੀ ਜਿਹੜੀ ਹੈ ਪ੍ਰਸ਼ਾਸਨ ਭੰਗ ਕਰਨੀ ਚਾਹੁੰਦਾ ਹੈ, ਅਸੀਂ ਨਹੀਂ ਭੰਗ ਕਰਨੀ ਚਾਹੁੰਦੇ। ਅਸੀਂ ਸ਼ਾਂਤਮਈ ਢੰਗ ਨਾਲ ਜਿਹੜਾ ਸਾਡਾ ਸੰਵਿਧਾਨ ਖਾਕਾ ਹੈ ਉਸ ਅਨੁਸਾਰ ਅਸੀਂ ਗੱਲ ਕਰਨੀ ਚਾਹੁੰਦੇ। ਅੱਜ ਸਾਡੇ ਜਿਹੜੇ ਸਤਿਕਾਰਯੋਗ ਪੁਲਿਸ ਆਫਿਸਰ ਨੇ, ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਭਗਵੰਤ ਸਿੰਘ ਮਾਨ ਪਾਸ ਜਾ ਰਹੇ ਹਾਂ। ਕਿਉਂ ਜਾ ਰਹੇ ਹੋ? ਕੋਠੀ 'ਚੋਂ ਨਿਕਲ ਨਹੀਂ ਰਿਹਾ, ਉਹ ਢੀਠਾਂ ਵਾਲੀ ਨੀਂਦ ਸੁੱਤਾ ਹੋਇਆ, ਉਹਨੂੰ ਕੁਛ ਨਹੀਂ ਦਿਸ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠ ਕੇ 7 ਜਨਵਰੀ ਤੋਂ ਮੋਰਚਾ ਲੱਗਾ ਹੋਇਆ। ਕਿੰਨੇ ਮੌਸਮ ਬਦਲੇ ਨੇ, ਕਿੰਨਾ ਤੰਗੀਆਂ ਹੋਈਆਂ ਨੇ ਲੋਕਾਂ ਨੂੰ। ਸਾਡੀ ਕੋਈ ਇੱਛਾ ਨਹੀਂ, ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਇਹਨਾਂ ਸੜਕਾਂ ਦੇ ਉੱਤੇ ਇੰਨੀ ਸਰਦੀ 'ਚ ਇੰਨੀ ਗਰਮੀ 'ਚ ਰੁਲਣ, ਅਤੇ ਸਾਡੀ ਕੋਈ ਇੱਛਾ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸੀਂ ਸੜਕ 'ਤੇ ਕਰੀਏ, ਸਾਡੀ ਇੱਕ ਮਜਬੂਰੀ ਬਣ ਗਈ ਕਿ ਇਹਨੂੰ ਅਸੀਂ ਦੱਸਣਾ ਚਾਹੁੰਦੇ ਕਿ ਉਹੀ ਮੰਗਾਂ ਵਾ ਜਿਹੜੀਆਂ ਮੰਗਾਂ ਦੀ ਖਾਤਰ ਇਹ ਮੋਰਚੇ 'ਚ ਬੈਠੇ ਬਹਿੰਦੇ ਰਹਿ ਕੇ। ਅੱਜ ਸਾਨੂੰ ਪਤਾ ਲੱਗਾ ਇੱਥੇ ਆ ਰਹੇ, ਅਸੀਂ ਕਿਹਾ ਚੱਲ ਇਹਨੂੰ ਜਾ ਕੇ ਮਿਲਦੇ ਹਾਂ। ਜਦੋਂ ਦੂਸਰੇ ਮੰਤਰੀ ਕਹਿੰਦੇ ਸਾਡੀ CM ਨੇ ਮੰਨੀ ਨਹੀਂ, ਇਹ ਜੋ ਪੁਲਿਸ ਅਫਸਰ ਖੜ੍ਹੇ ਨੇ ਇਹਨਾਂ ਦੀ ਵੀ ਉੱਤੋਂ ਮਜਬੂਰੀਆਂ। ਮੈਨੂੰ ਹਜੇ ਤੱਕ ਭਾਰਤ ਵਿੱਚ ਰਹਿੰਦਾ ਇਹ ਨਹੀਂ ਸਮਝ ਲੱਗੀ, ਵੱਡੇ ਤੋਂ ਵੱਡੇ ਮੈਂ DGP ਨੂੰ ਪੰਜਾਬ ਦੇ ਨੂੰ,
चीफ जस्टिस नूं, हाई कोर्ट दे नूं, होम सैकटरी नूं, ठीक है जी, भारत के जॉइंट सैकटरी नूं मिल चुका। वो कहिंदे सानूं उत्तों हुक्म आ, सानूं उत्तले हुक्म दी नहीं समझ लगी भी कित्थों आउंदा, किहड़ा भूत प्रेत आ जिहड़ा उत्तों हुक्म भेजदा इहनां नूं। अज इस पुलिस ऑफिसर ने साडे नाल रोज़ डील करदे, साडे नाल बहिंदे ने, इहनां नूं पता लगा असीं उत्थे जा रहे हैं। इन्होंने सानू कहा भी तुसी पांच बंदे यह प्रोटेस्टा करो, पांच बंदे भेज दो, असी वह भी मन गए, साढ़े ना भी लिख लै। फिर इन्हों की सच्चाई यार आ गई, सानू यह भी पता सी, सानू यह भी पता सी भी इन्होंने सानू उत्थे लैके नहीं जाना, सानू यह सच सी, झूठ नहीं सी। असी फिर इन्हों की मन गए। असी यह कहना चाहते हाँ तुसी ये माहौल खराब ना करो, जेड़े लोग 92 लाशां नू पार ये विधानसभा भेज सकते ने उन्होंने लाने भी आते ने। ये जो प्रशासन है, पुलिस है, जा IAS IPS अफसर ने, एक कड़ी ने, ज्यादा साडा मैसेज नहीं सही जा रहा CM तक भी जिन्हां लोगों ने तैनूं इस चेयर ते बिठाया वो कुर्सी जिस पता नहीं कि भूत प्रेतों का वासा है, जिन्ना चिर बंदा उस कुर्सी से बहिंदा नहीं वो बंदा लोगों के आ बहिंदा तो लोगों दी गल्लां सुनदा तो लोगों का हुंदा है। ओहो ही जिहड़ा जदों CM बन जाता, CM बन तो पहला वह कहिंदा सिक्योरिटी की लोड़ आ, डर कहदा है तुसी जदों लोगों के बंदे है, वह दूस पहलियां नूं डबल डबल सिक्योरिटी लैके फिरदा, उन्हूं डर कहदा। असी वो चाहुंदे सी दसणा अज भी उस CM नूं भगवंत सिंह मान नूं भी ओहो ही मोर्चे लगे हुए ने उन्हां बंदी सिंघां दी रिहाई, जिन्हां दे कोल बैठ के तू आण आण के चाह दा कप पींदा सी भी तुहाडियां मंगां जायज़, वो दसण आए सी। अज तुहानूं कोई समां दित्ता सीगा CM साहब ने जां तुसीं अपने पद्धर जी ना, जे समां दिंदे असीं पागल नहीं और यड नहीं, मूर्ख नहीं, मुगध नहीं गे, असीं इस सड़क ते बैठीए। नहीं समां देण दा कारण असीं उहदे कोल चले सी, प्रशासन इहनां ने ਤੁਸੀਂ ਇਹ ਕਹਿ ਲਓ ਵੀ ਧੋਖਾ ਕੀਤਾ, ਧੋਖੇ ਤੋਂ ਭਾਵ ਵੀ ਇਹਨਾਂ ਦੇ ਵੀ ਬਸ ਕੁਛ ਨਹੀਂ। ਮੈਂ ਤੁਹਾਨੂੰ ਪ੍ਰੋਗਰਾਮ ਹੈ ਕਿ ਕਹਿੰਦੇ ਉੱਧਰ ਵੀ ਜਾਣਾ ਉਹਨਾਂ ਕੋਲ ਪ੍ਰੋਗਰਾਮ ਉਹਨਾਂ ਦੇ ਰੋਜ਼ ਹੋਣੇ ਨੇ, ਉਹਨਾਂ ਨੂੰ ਇਹ ਜਿਹੜੇ ਸੜਕਾਂ ਦੇ ਬੈਠੇ ਲੋਕ ਨਹੀਂ ਦਿੰਦੇ, ਕਿਹੜੇ ਪ੍ਰੋਗਰਾਮ ਦੇਣੇ ਨੇ। ਅੱਜ ਪੰਜਾਬ ਦੀ ਹਾਲਤ ਹੈ, ਹਜ਼ਾਰਾਂ ਪਿੰਡ ਜਿਹੜੇ ਆ ਉਹ ਬਰਬਾਦ ਹੋ ਚੁੱਕੇ ਨੇ, ਘਰ ਬਰਬਾਦ ਹੋ ਚੁੱਕੇ ਨੇ, ਝੋਨਾ ਬਰਬਾਦ ਹੋ ਚੁੱਕਾ। ਕੀ CM ਸਾਹਿਬ ਉੱਥੇ ਗਏ ਨੇ ਉਹਨਾਂ ਦੇ ਲੋਕਾਂ ਨੂੰ ਦੇਖਣ ਵੀ ਤੁਹਾਡਾ ਝੋਨਾ ਕਿੱਦਾਂ, ਇਹ ਕਿੱਦਾਂ ਟੁੱਟੇ ਨੇ ਬੰਨ ਜਿਹੜੇ ਆ, ਬੰਨ ਕਿਹਨੇ ਤੋੜੇ ਨੇ, ਜਿਹੜਾ ਰੇਤ ਮਾਫੀਆ ਪਹਿਲਾਂ ਉਹਨਾਂ ਨੇ ਤੁਸੀਆਂ ਤੋੜੀਆਂ, ਟਰੈਕਟਰ ਲਗਾਏ। ਮੈਂ ਆਪਣੇ ਤੁਹਾਡੇ ਕੋਲ ਸਬੂਤ ਲਈ ਖੜਾ, ਸ਼ਾਹਕੋਟ ਦੇ ਏਰੀਏ 'ਚ ਮੈਂ ਆਪਣੇ ਨੂੰ SDM ਨੂੰ ਫੋਨ ਕੀਤਾ, ਸਵਿੱਚ ਆਫ ਆ ਰਿਹਾ, ਉਹਦੇ ਰੀਡਰ ਨੂੰ ਕੀਤਾ ਫੋਨ ਸਵਿੱਚ ਆਫ ਆ ਰਿਹਾ। ਅਸੀਂ 24 ਦੇ ਕਰੀਬ ਘਰ ਜਿਹੜੇ ਸੀ ਬਹੁਤ ਹੀ ਪ੍ਰਭਾਵਿਤ ਹੋ ਗਏ, ਪਰ ਜੋ ਕੱਢੇ ਕਿਸੇ ਪ੍ਰਸ਼ਾਸਨ ਨੇ ਫੋਨ ਨਹੀਂ ਚੁੱਕਿਆ, ਕਿਸੇ ਨੇ ਗੱਲ ਨਹੀਂ ਕੀਤੀ, ਲੋਕ ਹੀ ਕਰ ਰਹੇ ਨੇ ਅਤੇ ਲੋਕਾਂ ਨੇ ਇਹਨਾਂ ਨੂੰ ਵੱਢਣਾ ਫਿਰ ਇਸ ਸਿਸਟਮ ਨੂੰ, ਇਸ CM ਨੂੰ। ਜੇ ਇਹਨਾਂ ਨੇ ਕੰਮ ਨਹੀਂ ਆਉਣਾ, ਉਹ ਕਿਹੜਾ ਪ੍ਰੋਗਰਾਮ ਆ ਜਿਹੜੇ ਝੰਡੇ ਚਲਾਉਣੇ ਨੇ, ਜੇ ਇਹਨਾਂ ਲੋਕਾਂ ਨੂੰ ਰਾਹਤ ਨਹੀਂ ਦੇਣੀ, ਜਿਹੜੇ ਲੋਕ ਕਿਸਾਨੀ ਨਾਲ ਸੰਬੰਧਿਤ ਇਹ ਖਿੱਤਾ ਵਾ, ਇੱਥੇ ਕੀ ਕਿਸਾਨਾਂ ਨੂੰ ਮਿਲਿਆ ਹੁਣ ਤੱਕ, ਕੀ ਕਿਸਾਨਾਂ ਦੀ ਦੁਰਦਸ਼ਾ ਹੋ ਰਹੀ ਹੈ, ਦੋ ਦੋ ਚਾਰ ਚਾਰ ਖੇਤਾਂ ਦੇ। ਮੈਂ ਤਾਂ ਸਾਨੂੰ ਰੋਣ ਆਉਂਦਾ ਸੀ ਉਸ ਇਲਾਕੇ ਜਾ ਕੇ ਜਿੱਥੇ ਬੀਬੀਆਂ ਰਜਾਈਆਂ ਦੀਆਂ ਪੰਡਾਂ ਚੱਕ ਕੇ ਆਪਣੇ ਪਾਣੀ 'ਚੋਂ ਨਿਕਲੀਆਂ, ਜਿਹਨਾਂ ਨੂੰ ਅਸੀਂ ਕੱਢਿਆ ਵਾ, ਉਹ ਉੱਥੋਂ ਉਦੋਂ ਨਹੀਂ CM ਨੂੰ ਦਿਸੀਆਂ, ਉਹ ਵੀਡੀਓ ਦਿਖਦੀਆਂ ਨਹੀਂ। ਇਹ ਕਿਹੜੇ ਉਦਘਾਟਨ ਕਰਨ ਆਉਂਦੇ ਨੇ, ਇਹਨਾਂ ਨੂੰ ਇਹ ਦਿਖਦਾ ਨਹੀਂ ਵੀ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ। ਮੈਂ ਇਹਨੂੰ ਕਹਿਣਾ ਚਾਹੁੰਦਾ, ਇੱਥੇ ਸੰਤ ਮਹਾਂਪੁਰਖ ਆਉਂਦੇ ਨੇ ਸ਼ਾਮਾਂ ਨੂੰ, ਰਾਤ ਨੂੰ ਕੀਰਤਨ ਕਰਦੇ ਨੇ, ਅਰਦਾਸਾਂ ਕਰਦੇ ਨੇ, ਇਹੋ ਜਿਹੀ ਵੀ ਅਰਦਾਸ ਹੋ ਸਕਦੀ ਆ, ਇਹਨੂੰ ਕੰਬਣੀ ਛੇੜੋ ਜੇ ਇਹਨੂੰ ਰਸਤਾ ਨਹੀਂ ਲੱਭਣਾ। ਉਹ ਵੀ ਅਧਿਆਪਕਾਂ ਦੇ ਭਲੇ ਲਈ ਗੱਲ ਕਰ ਰਹੇ ਨੇ, ਅਧਿਆਪਕਾਂ ਨੂੰ ਭੇਜ ਰਹੇ ਨੇ IIM ਜਿਹੜਾ ਹੈਦਰਾਬਾਦ ਆ ਉੱਥੇ ਭੇਜ ਰਹੇ ਨੇ ਸਪੈਸ਼ਲ ਟ੍ਰੇਨਿੰਗ ਵਾਸਤੇ, ਵੀ ਅਧਿਆਪਕਾਂ ਦਾ ਭਲਾ ਹੋਏਗਾ, ਚੰਗੀ ਸਿੱਖਿਆ ਲੈ ਕੇ ਆਉਣ। ਉਹ ਕਿਹੜੀ ਸਿੱਖਿਆ ਜਿਹੜੀ ਉੱਥੇ ਭੇਜਣੀ, ਇੱਥੇ ਪੰਜਾਬ ਸਿੱਖਿਆ ਨਹੀਂ ਮਿਲਦੀ, ਪੰਜਾਬ ਦੇ ਵਿੱਚ ਸਿੱਖਿਆ ਨਹੀਂ ਮਿਲਦੀ, ਪੰਜਾਬ ਵਿੱਚ ਵੱਡੇ ਐਕਸਪਰਟ ਅਫਸਰ ਨੇਗੇ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦੇ ਸਕਦੇ ਨੇ, ਇਹ ਕਿਹੜਾ ਸਪੈਸ਼ਲ ਪ੍ਰੋਗਰਾਮ ਜਿਹੜਾ ਉੱਥੇ ਦੂਜੀ ਸਟੇਟ ਜਾ ਕੇ ਭੇਜਣਾ। ਮੈਂ ਚਲੋ ਜੇ ਉਹਨਾਂ ਨੂੰ ਕੋਈ ਜ਼ਰੂਰਤ ਵੀ ਆ ਠੀਕ ਆ ਭੇਜਣ, ਜੇ ਉਹਨਾਂ ਨੂੰ ਬਹੁਤ ਹੀ ਲੋੜ ਆ, ਪਰ ਪੰਜਾਬ ਵਿੱਚ ਕਿਹੜੀ ਚੀਜ਼ ਨਹੀਂ, ਪੰਜਾਬ 'ਚ ਕਿਹੜੇ ਕਿਹੜੇ ਤਕੜੇ ਅਫਸਰ ਨੇ, ਰਿਟਾਇਰ ਪੁਲਿਸ ਅਫਸਰ ਨੇ, ਜੱਜ ਨੇ ਕਰ ਸਕਦੇ ਨੇ। ਇਹ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਲੋਕਾਂ ਨੇ ਹੁਣ ਗੁੰਮਰਾਹ ਨਹੀਂ ਹੋਣਾ, ਅਗਲੀ ਵਾਰੀ ਇਲੈਕਸ਼ਨਾਂ ਆ ਲੈਣ ਦਿਓ, ਇਹਨਾਂ ਨੂੰ ਪਤਾ ਲੱਗ ਜੂਗਾ ਵੀ ਲੋਕ ਇੰਨੀ ਦੁਬਾਰਾ ਗੁੰਮਰਾਹ ਨਹੀਂ ਹੋਣਗੇ। ਉਹਨਾਂ ਨੇ ਉਹ ਲੋਕਾਂ ਨੂੰ, ਉਹਨਾਂ ਪਾਰਟੀਆਂ ਨੂੰ ਹਾਸ਼ੀਏ 'ਤੇ ਚੱਕ ਕੇ ਸਿੱਟਤਾ, ਉਹ ਉੱਠਣ ਜੋਗੇ ਨੇ, ਜਿਹੜੇ 60-60 ਜਿਨ੍ਹਾਂ ਦੇ MLA ਬਣਦੇ ਸੀ, 9-9 8-8 9-9 MP ਬਣਦੇ ਸੀ, ਅੱਜ ਉਹ 3-2.5 MLA ਨਹੀਂ ਬਣਾ ਸਕੇ, ਅਤੇ ਇਹ ਕਿਹੜੇ ਬਾਗ ਦੀ ਮੂੜੀ ਹੈ। ਲੋਕਾਂ ਦੇ ਵਿੱਚ ਅਸੀਂ ਚੇਤਨਤਾ ਲਿਆਵਾਂਗੇ, ਲੋਕ ਸ਼ਕਤੀ 'ਤੇ ਸਾਨੂੰ ਪੂਰਾ ਮਾਣ ਹੈ, ਸਾਨੂੰ ਯਕੀਨ ਆ, ਅਸੀਂ ਤੁਹਾਡੇ ਮਾਧਿਅਮ ਥਰੂ
सानू पता भी साढ़े ना की कुछ होना, असी उहदे लई तैयार हाँ प्रिपेयर हाँ, पर असी अपने लोगों लोगों की खातर जिन्हां लोगों ने ये सरकारां बनाईयां जिहड़े लोग तड़फ रहे ने, अज किहड़ा बच्चा सानू हथ खड़ा करके दिखाओ, किहड़ा परिवार वा पंजाब दा वो हथ खड़ा करके, कोई अफसर हथ खड़ा करके दिखावे जिहड़ा रहना चाहुंदा इत्थे, जां वो बच्चे रखना चाहुंदा। एक अराजकता किदां फैली है, क्यों लोग भज्जना चाहुंदे ने, क्यों पंजाब नूं छड्डना चाहुंदे ने, क्योंकि असीं पंजाब रहण जोग छड्डिया नहीं। साडा साडा सारयां दा कसूर, मैनूं पुछदे ने कई वारी किहदा कसूर, कहूंगे वी इह पाल सिंह कहूगा सरकार दा कसूर, मैं कहूंदा लोगों का, लोगों को पता नहीं अभी वोट किनू पाउण लगे हैं, किहड़ा किहड़े गंदे तो गंदे बंदे नूं सरपंच बनाउण लगे हैं, किहड़े गंदे तो गंदे बंदे नूं जिहड़ा रेत माफिया समगले रहा, जिहड़ा पुठे तो पुठे काम करता उन्हूं असीं MLA दी कुर्सी ते बिठाउणे ने, न्याय की आस रखनी मूर्खताई है। जदों असीं चोर ठग डाकू बिठाउणे ने विधान पालका, उहदे कार्यपालका ते न्यायपालका उहदे अंडर आ चलाउणी आ, जे चोर ही उस संस्था दा हैड ही जिहड़ा चोर है डाकू है बदमाश है लुटेरा है, वो तो आस रखनी मूर्खताई है। एक लोग वीडियो बड़ी वायरल कर रहे हैं मुख्यमंत्री पंजाब दा, कि मुख्यमंत्री पंजाब कहिंदे नज़र आ रहे सी वो मुख्यमंत्री आम हुंदा जिहड़ा लाइन दे विच खड़ के गैस सिलेंडर भरावे, ये सी पहला जी जदों मुख्यमंत्री की कुर्सी पर नहीं सी उदों आम ही सीगा, हुण आम नहीं खास तो खास है, जिहड़ा बंदा 2000-2000 सिक्योरिटी लई फिरदा वो आम बंदा रहिंदा नहीं, जे आम बंदा होवे इक तां पड़ के जावे, जे मैं चोर नहीं मैनूं ये पुलिस का जां कानून का की डर है, जे वो चोर नहीं वो साध आ वो सच्चा सुच्चा लोगों की खातर काम कर, उन्हूं कहदा डर लुकण का, वो क्यों सिक्योरिटी लई फिरदा। 60-70 हज़ार जिहड़ी पुलिस आ अफसर ने पुलिस आ वो सारी सिक्योरिटी तो इन्हां दे लगी हुई है, की इन्हां ने काम जे सही काम करते ने लोगों की काम करते ने, इन्हूं सिक्योरिटी लैण की लोड़ की है, जे लोगों की खातर की हुण तक दसण, ये सरकार दसे साढ़े सामने टेबल पर बैठे जिहड़ा बह सकता भी, इन्हां ने हुण तक जदों कहिंदे सी वो पहला गुटका साहब की सहुं खा के कहिंदा सी जिहड़ा जिहड़ा CM लोगों ने ला के मारिया वो हुण मेरे ख्याल MLA बनण की योग्यता नहीं, जदों सहुं खा ये कहिंदे 24 घंटे नशा बंद कर देंगे, अज्ज कि खेत्र वा कोई एरिया दसण जिथे नशा नहीं विक रहा।